ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਦੋਸਤੋ ਵਾਟੂ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰ ਕਰਦੇ ਹਾਂ ਨਿੱਕਾ ਸਵਾਗਤ ਦੋਸਤੋ ਅੱਜ ਅਸੀਂ ਗੱਲਬਾਤ ਕਰਾਂਗੇ ਦੰਦਾਂ ਦੇ ਉੱਤੇ ਸੋ ਦੋਸਤੋ ਅਸੀਂ ਲੈਨੇ ਆ ਸਮਾਈਲ ਵਾਸਤੇ 5 ਟਿਪਸ ਸੋ ਚਲੋ ਚੱਲਦੇ ਹਾਂ ਬਿਲਕੁਲ ਪਹਿਲੇ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਸਮਾਈਲ ਵਾਸਤੇ ਟਿਪਸ ਇਹੀ ਨੇ ਕਿ ਇੱਕ ਤਾਂ 2 ਟਾਈਮਸ ਬਰਸ਼ਿੰਗ ਕਰੋ ਬਹੁਤ ਹੀ ਕੋਮਨ ਟਿਪਸ ਨੇ ਬਟ ਆਪਾਂ ਇਹੀ ਕੋਮਨ ਚੀਜ਼ਾਂ ਇਗਨੋਰ ਕਰ ਦਿੰਦੇ ਹਾਂ ਆਪਾਂ ਨੂੰ ਲੱਗਦਾ ਕੋਈ ਵੱਡੀ ਚੀਜ਼ ਕਰੀਏ ਜਿਹਦੇ ਨਾਲ ਸਾਡੇ ਦੰਦ ਵਧੀਆ ਹੋ ਜਾਣਗੇ ਬਟ ਕੁਛ ਵੀ ਵੱਡਾ ਕਰਨ ਦੀ ਲੋੜ ਨਹੀਂ ਹੈ ਜਸਟ ਇੱਕ ਨੋਰਮਲ 5 ਟਿਪਸ ਫੋਲੋ ਕਰੋ ਦੰਦ ਤੁਹਾਡੇ ਬਹੁਤ ਹੈਲਦੀ ਰਹਿਣਗੇ ਜਿਹਦੇ ਸਭ ਤੋਂ ਪਹਿਲੇ ਆਉਂਦਾ ਹੈ 2 ਟਾਈਮਸ ਬਰਸ਼ਿੰਗ 2 ਟਾਈਮਸ ਬਰਸ਼ਿੰਗ ਇਨਕਲੂਡਸ ਤੁਹਾਨੂੰ ਬਰਸ਼ ਕਰਨਾ ਇੱਕ ਬ੍ਰੇਕਫਾਸਟ ਤੋਂ ਬਾਅਦ ਇੱਕ ਰਾਤੀ ਸੌਣ ਦੇ ਟਾਈਮ ਹੁਣ ਸਾਰੇ ਕਹਿਣਗੇ ਰਾਤੀ ਸੌਣ ਦੇ ਟਾਈਮ ਜੇ ਤੁਸੀਂ ਬਰਸ਼ ਕਰ ਰਹੇ ਹੋ ਤਾਂ ਤੁਹਾਨੂੰ ਸਵੇਰੇ ਉੱਠ ਕੇ ਬਰਸ਼ ਕਰਨ ਦੀ ਕੋਈ ਲੋੜ ਨਹੀਂ ਹੈ ਯੂ ਕੈਨ ਡੂ ਬਰਸ਼ਿੰਗ ਆਫਟਰ ਦੀ ਬ੍ਰੇਕਫਾਸਟ ਐਂਡ ਰਾਤੀ ਜਦੋਂ ਬਰਸ਼ ਕਰਕੇ ਸੋਣਾ ਹੈ ਉਸ ਤੋਂ ਬਾਅਦ ਕੁਛ ਨਹੀਂ ਖਾਣਾ ਦੀ ਸੈਕਿੰਡ ਟਿਪ ਇਜ਼ ਆਉਂਦੇ ਜਾਂਦੇ ਵਾਰਮ ਸਲਾਈਨ ਰਿੰਸਿਸ ਇਫ ਯੂ ਡੂ ਦੇ ਆਰ ਵੈਰੀ ਹੈਲਦੀ ਫੋਰ ਯੋਰ ਗਮਸ ਐਂਡ ਦੇ ਵਿਲ ਟੇਕ ਕੇਅਰ ਆਫ ਯੋਰ ਟੀਥ ਦੀ ਥਰਡ ਹੈਲਦੀ ਟਿਪ ਇਜ਼ ਗੋਇੰਗ ਫੋਰ ਸਕੇਲਿੰਗ ਐਂਡ ਪੋਲਿਸ਼ਿੰਗ ਆਫ ਟੀਥ ਐਵਰੀ 6 ਮੰਥਸ ਕਿਉਂਕਿ ਜੋ ਵੀ ਤੁਸੀਂ ਆਪਣਾ ਰੈਗੂਲਰ ਕਰ ਰਹੇ ਹੋ ਦੈਟ ਇਜ਼ ਅ ਨੋਰਮਲ ਬਰਸ਼ਿੰਗ ਯੂ ਆਰ ਡੂਇੰਗ ਐਂਡ ਵਟ ਸਕੇਲਿੰਗ ਐਂਡ ਪੋਲਿਸ਼ਿੰਗ ਇਜ਼ ਡਨ ਵਿਦ ਦੀ ਅਲਟਰਾਸੋਨਿਕ ਸਕੇਲਰਸ ਔਰ ਹੈਂਡ ਸਕੇਲਰਸ ਜੋ ਕਿ ਪਲਾਕ ਐਂਡ ਕੈਲਕੂਲਸ ਤੁਹਾਡਾ ਜੰਮਿਆ ਹੁੰਦਾ ਉਹ ਆਪਾਂ ਰਿਮੂਵ ਕਰ ਦਿੰਦੇ ਹਾਂ ਇਟ ਇਜ਼ ਅ ਟੁੱਥ ਫੇਸ਼ੀਅਲ ਜਿਵੇਂ ਆਪਾਂ ਫੇਸ ਦਾ ਫੇਸ਼ੀਅਲ ਕਰਾਉਂਦੇ ਹਾਂ ਇਟ ਇਜ਼ ਜਸਟ ਦਾ ਟੁੱਥ ਫੇਸ਼ੀਅਲ ਦੈਟ ਸ਼ੁੱਡ ਬੀ ਡਨ ਦੀ ਫੋਰਥ ਇੰਪੋਰਟੈਂਟ ਟਿਪ ਇਜ਼ ਪਲੀਜ਼ 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 ਕੱਟ ਡਾਊਨ ਵਿਦ ਦੀ ਜੰਕਸ ਐਂਡ ਕੋਲਡ ਡਰਿੰਕਸ ਬਿਕੋਜ਼ ਦੇ ਆਰ ਨੋਟ ਗੁੱਡ ਫੋਰ ਦੀ ਹੈਲਥ ਦੇ ਆਰ ਨੋਟ ਗੁੱਡ ਫੋਰ ਯੋਰ ਟੀਥ ਇਫ ਯੋਰ ਟੀਥ ਆਰ ਹੈਲਦੀ ਯੋਰ ਬੋਡੀ ਇਜ਼ ਹੈਲਦੀ ਸੋ ਯੂ ਹੈਵ ਟੂ ਕੱਟ ਡਾਊਨ ਵਿਦ ਦੈਟ ਐਂਡ ਦੀ ਨੈਕਸਟ ਇਜ਼ ਆਪਣੇ ਜਿਹੜੇ ਨੇ ਸਨੈਕਿੰਗ ਜਿਹੜੀ ਤੁਸੀਂ ਕਰਦੇ ਹੋ ਸਨੈਕਿੰਗ ਤੁਸੀਂ ਘੱਟ ਕਰੋ ਜੇ ਕਰ ਰਹੇ ਹੋ ਸਨੈਕਿੰਗ ਬਹੁਤ ਜ਼ਿਆਦਾ ਉਹ ਜੰਕ ਨਹੀਂ ਹੋਣੀ ਚਾਹੀਦੀ ਸੋ ਮੇਰੀ ਤਰਫੋਂ ਇਹੀ ਪ੍ਰੋਪਰ ਟਿਪਸ ਨੇ ਐਂਡ ਕੀਪ ਸਮਾਈਲਿੰਗ ਕੀਪ ਰੌਕਿੰਗ ਜੀ ਹਾਂ ਜਿੱਦਾਂ ਕਿ ਤੁਹਾਨੂੰ 5 ਤਾਂ ਟਿਪਸ ਆਪਾਂ ਦੇ ਦਿੱਤੇ ਨੇ ਪਰ ਇਸ ਤੋਂ ਇਲਾਵਾ ਵੀ ਆਪਾਂ ਜਾਣਨਾ ਚਾਹਾਂਗੇ ਕਿ ਆਪਾਂ ਬਰਸ਼ ਕਰਦੇ ਹਾਂ ਇਸ ਤੋਂ ਬਾਅਦ ਵੀ ਲੋਕ ਕਹਿੰਦੇ ਨੇ ਸਾਡੇ ਕੀੜਾ ਲੱਗ ਗਿਆ ਮੈਮ ਬਰਸ਼ ਕਰਨ ਦਾ ਰਾਈਟ ਵੇ ਕਿਹੜਾ ਹੈ ਬਿਲਕੁਲ ਬਿਲਕੁਲ ਸਾਨੂੰ ਸ਼ਾਇਦ ਬਰਸ਼ ਕਰਨਾ ਹੀ ਨਹੀਂ ਆਉਂਦਾ ਬਹੁਤ ਸਾਰੇ ਲੋਕ ਨੇ ਚਾਹੇ ਬਹੁਤ ਜ਼ਿਆਦਾ ਉਮਰ ਵੀ ਹੋ ਗਈ ਹੋਏ ਸਾਡੇ ਆਪ ਦੇ ਪੇਰੈਂਟਸ ਨੇ ਆਪਾਂ ਆਪਣੇ ਬੱਚਿਆਂ ਨੂੰ ਕਿਵੇਂ ਗਾਈਡ ਕਰਾਂਗੇ ਜੇ ਸਾਨੂੰ ਹੀ ਨਹੀਂ ਆਉਂਦਾ ਹੋਏਗਾ ਬਰਸ਼ ਕਰਨਾ ਤੇ ਬਰਸ਼ ਕਰਨਾ ਦਾ ਰਾਈਟ ਮੈਥਡ ਹੈ ਆਈ ਹੈਵ ਦਿਸ ਮਾਡਲ ਐਂਡ ਆਈ ਸ਼ੋ ਯੂ ਦਿਸ ਮਾਡਲ ਹਾਊ ਟੂ ਬਰਸ਼ ਯੋਰ ਟੀਥ ਤਾਂ ਸਾਡੇ ਕੋਲ ਇੱਕ ਤਾਂ ਨੋਰਮਲ ਕਨਵੈਨਸ਼ਨਲ ਸਾਡਾ ਜਿਹੜਾ ਮੈਥਡ ਹੁੰਦਾ ਇੱਕ ਸਾਰੇ ਹੀ ਲੋਕ ਸ਼ਾਇਦ ਇਸ ਤਰ੍ਹਾਂ ਬਰਸ਼ ਕਰਦੇ ਨੇ ਬਹੁਤ ਜ਼ਿਆਦਾ ਲਾਈਕ 50% ਆਫ ਦੀ ਪਾਪੂਲੇਸ਼ਨ ਸ਼ਾਇਦ ਅੱਜ ਵੀ ਇਸ ਤਰ੍ਹਾਂ ਹੀ ਬਰਸ਼ ਕਰਦੀ ਹੈ ਇੰਨੀ ਅਵੇਅਰਨੈਸ ਤੋਂ ਬਾਅਦ ਵੀ ਅਤੇ ਇਸ ਤਰ੍ਹਾਂ ਬਰਸ਼ ਬਿਲਕੁਲ ਨਹੀਂ ਕਰਨਾ ਬਰਸ਼ਿੰਗ ਦਾ ਮੈਥਡ ਹੈ ਦੀ ਅਪਰ ਇਜ਼ ਟੂ ਬੀ ਲਾਈਕ ਦਿਸ ਲੋਅਰਸ ਆਰ ਲਾਈਕ ਦਿਸ ਦੈਨ ਯੂ ਹੈਵ ਟੂ ਓਪਨ ਯੋਰ ਮਾਊਥ ਮਾਊਥ ਨੂੰ ਓਪਨ ਕਰਕੇ ਇਸ ਤਰ੍ਹਾਂ ਇਹ ਵਾਲੀ ਚੀਜ਼ ਨੂੰ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ ਬਟ ਇਹ ਵੀ ਜੇ ਕਿਸੇ ਨੂੰ ਡਿਫੀਕਲਟ ਲੱਗਦਾ ਬਿਕੋਜ਼ ਇਹਦੀ ਡਿਗਰੀਜ਼ 45 ਹੁੰਦੀ ਹੈ ਇਫ ਯੂ ਫਾਈਂਡ ਇਟ ਡਿਫੀਕਲਟ ਦੀ ਬੈਸਟ ਐਂਡ ਦੀ ਈਜ਼ੀਐਸਟ ਵੇ ਟੂ ਡੂ ਦੀ ਬਰਸ਼ ਇਜ਼ ਡੂ ਦੀ ਰਾਊਂਡ ਬਰਸ਼ਿੰਗ ਰਾਊਂਡ ਬਰਸ਼ਿੰਗ ਆਫ ਦੀ ਟੀਥ ਟਿਲ ਦੀ ਐਂਡ ਐਂਡ ਦੈਨ ਓਪਨ ਯੋਰ ਮਾਊਥ ਐਂਡ ਯੂ ਕੈਨ ਡੂ ਬਰਸ਼ ਲਾਈਕ ਦਿਸ ਐਂਡ ਦੈਨ ਫਰੋਮ ਹੇਅਰ ਦੈਨ ਫਰੋਮ ਹੇਅਰ ਦੈਨ ਫਰੋਮ ਹੇਅਰ ਦੈਨ ਫਰੋਮ ਹੇਅਰ ਸੋ ਬਰਸ਼ਿੰਗ ਦਾ ਪ੍ਰੋਪਰ ਮੈਥਡ ਹੋਣਾ ਚਾਹੀਦਾ ਐਂਡ ਬਰਸ਼ ਸਿਰਫ ਆਨ ਹੀ ਮੁਕਾਨਾ ਕਿ ਆਪਾਂ 30 ਸੈਕਿੰਡਸ ਬਰਸ਼ ਕੀਤਾ ਐਂਡ ਆਊਟ ਫਰੋਮ ਦੀ ਵਾਸ਼ਰੂਮ ਦੈਟ ਇਜ਼ ਨੋਟ ਦੀ ਵੇ ਟੂ ਐਕਚੁਲੀ ਬਰਸ਼ ਯੋਰ ਟੀਥ ਬਰਸ਼ਿੰਗ ਸ਼ੁੱਡ ਬੀ ਡਨ ਐਟਲੀਸਟ 2 to 3 ਮਿੰਟਸ ਰਾਊਂਡ ਬਰਸ਼ਿੰਗ ਕਰੋ ਪ੍ਰੋਪਰ ਟਾਈਮ ਦਿਓ ਦੰਦਾਂ ਦੰਦ ਨੇ ਤਾਂ ਹੀ ਸਾਡੀ ਸਾਰੀ ਬੋਡੀ ਹੈ ਤਾਂ ਦੰਦਾਂ ਨੂੰ ਪ੍ਰੋਪਰ ਟਾਈਮ ਮਿਲਣਾ ਚਾਹੀਦਾ ਸੋ ਦੈਟ ਉਹ ਪ੍ਰੋਪਰ ਕਲੀਨ ਰਹਿਣ ਤਾਂ 2 to 3 ਮਿੰਟਸ ਵਿਦ ਦੀ ਰਾਊਂਡ ਬਰਸ਼ਿੰਗ ਇਜ਼ ਦੀ ਬੈਸਟ ਮੈਥਡ ਐਂਡ ਈਜ਼ੀਐਸਟ ਵੇ ਟੂ ਡੂ ਬੱਚਿਆਂ ਲਈ ਵੀ ਬਹੁਤ ਅੱਛਾ ਹੈ ਜੀ ਹਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਹੀ ਲਿਆ ਕਿ ਬਰਸ਼ ਆਪਾਂ ਨੂੰ ਕਿਹੜੇ ਵੇ ਨਾਲ ਕਰਨਾ ਚਾਹੀਦਾ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਸੋ ਥੈਂਕਸ ਮੈਮ ਮੈਮ ਆਪਾਂ ਇੱਕ ਹੋਰ ਗੱਲਬਾਤ ਕਰਾਂਗੇ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਲੋਕ ਜਿਹੜੇ ਆ ਬੱਚਿਆਂ ਦੇ ਪ੍ਰਤੀ ਜਿਹੜਾ ਬੜੇ ਅਵੇਅਰ ਹੈ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿੰਨੇ ਸਾਲ ਦੀ ਏਜ ਦੇ ਵਿੱਚ ਜਿਹੜਾ ਹੈਗਾ ਆ ਆਪਾਂ ਬੱਚਿਆਂ ਨੂੰ ਬਰਸ਼ ਕਰਨਾ ਸਿਖਾਈਏ ਉਹਦਾ ਕੀ ਸਿਸਟਮ ਹੈ ਸਾਨੂੰ ਉਹ ਪ੍ਰੋਸੈਸ ਦੱਸੋ ਕਿ ਕਿੰਨੇ ਸਾਲ ਦੇ ਬੱਚੇ ਨੂੰ ਆਪਾਂ ਕਿੰਨੀ ਪੇਸਟ ਦੇ ਸਕਦੇ ਹਾਂ ਕਿਹੜਾ ਬਰਸ਼ ਯੂਜ਼ ਕਰਨਾ ਚਾਹੀਦਾ ਬੱਚਿਆਂ ਨੂੰ ਸੋ ਮੈਂ ਹਾਂਜੀ ਬੱਚਿਆਂ ਦੀ ਗੱਲ ਰਹੀ ਤਾਂ ਬੱਚੇ ਸਾਰਿਆਂ ਨੂੰ ਹੀ ਬਹੁਤ ਪਿਆਰੇ ਨੇ ਅਤੇ ਆਪਾਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਆਪਣੇ ਬੱਚਿਆਂ ਨੂੰ ਬੈਸਟ ਟੂ ਬੈਸਟ ਡਾਇਟ ਦੇਈਏ ਬੈਸਟ ਉਹਨਾਂ ਦਾ ਧਿਆਨ ਰੱਖੀਏ ਬਟ ਸ਼ਾਇਦ ਦੰਦਾਂ ਨੂੰ ਆਪਾਂ ਬਹੁਤ ਸਾਰੇ ਜਣੇ ਇਗਨੋਰ ਕਰ ਦਿੰਦੇ ਹਾਂ ਆਪਾਂ ਇਹ ਭੁੱਲ ਜਾਂਦੇ ਹਾਂ ਇੱਕ ਬੱਚਾ ਖਾਣਾ ਛੱਡ ਦਿੰਦਾ ਬਟ ਆਪਾਂ ਬਹੁਤ ਸਾਰੇ ਰੀਜ਼ਨਸ ਲੱਭਦੇ ਹਾਂ ਸ਼ਾਇਦ ਦੰਦਾਂ ਨੂੰ ਆਪਾਂ ਭੁੱਲ ਜਾਂਦੇ ਹਾਂ ਕਿ ਮੇ ਬੀ ਟੀਥ 'ਚ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ ਉਹਦੇ ਤਾਂ ਟੀਥ 'ਚ ਪ੍ਰੋਬਲਮ ਨਾ ਹੋਏ ਉਹਦੇ ਲਈ ਸਾਨੂੰ
2 ਟਾਈਮਸ ਬ੍ਰਸ਼ਿੰਗ ਬੱਚਿਆਂ ਨੂੰ ਵੀ ਐਡਵਾਈਸ ਕਰਨੀ ਚਾਹੀਦੀ ਹੈ। ਤਾਂ ਏਜ ਜਦੋਂ ਬੇਬੀ ਬੋਰਨ ਹੁੰਦਾ ਤਾਂ ਵੀ ਸਾਨੂੰ ਉਹਦੇ ਗਮਸ ਕਲੀਨ ਕਰਨੇ ਚਾਹੀਦੇ ਨੇ। ਉਹਨੂੰ ਕਲੀਨ ਕਰਨ ਦਾ ਇੱਕ ਮਦਰ ਨੂੰ ਐਡਵਾਈਜ਼ੇਬਲ ਹੈ ਕਿ ਤੁਸੀਂ ਮਲਮਲ ਦਾ ਜਾਂ ਕੋਈ ਵੀ ਕੱਪੜਾ ਲੈ ਕੇ ਫਿੰਗਰ 'ਚ ਪਾਓ, ਉਹਨੂੰ ਡਿਪ ਕਰੋ, ਡਿਪ ਕਰਕੇ ਯੂ ਕੈਨ ਕਲੀਨ ਆਲ ਦੀ ਗਮਸ। ਕਦੇ ਵੀ ਮਿਲਕ ਦੇ ਕੇ ਬੱਚੇ ਨੂੰ ਸੌਣ ਨਾ ਪਾਓ, ਬਿਕੋਜ਼ ਉਹਦੇ ਨਾਲ ਸਭ ਤੋਂ ਜ਼ਿਆਦਾ ਕੈਵਿਟੀਜ਼ ਬਣਦੀਆਂ ਨੇ। ਚਾਹੇ ਨਹੀਂ ਵੀ ਆਏ ਹੁੰਦੇ, ਸਾਡੇ ਮਸੂੜੇ ਸਟਰੋਂਗ ਨਹੀਂ ਹੁੰਦੇ, ਤਾਂ ਗਮਸ ਦੀ ਕਲੀਨਿੰਗ ਪ੍ਰੋਪਰ ਰੱਖੋ ਜਦ ਤੱਕ ਪੂਰੇ ਦੰਦ ਨਹੀਂ ਆਉਂਦੇ। 6 ਮੰਥਸ ਤੋਂ ਬੱਚੇ ਦੇ ਦੰਦ ਆਉਣੇ ਸ਼ੁਰੂ ਹੋ ਜਾਂਦੇ ਨੇ, ਤਾਂ ਉਹਦੀ ਵੀ ਇਹੀ ਕੇਅਰ ਹੈ, ਬਿਕੋਜ਼ ਬੱਚਾ ਬ੍ਰਸ਼ ਨਹੀਂ ਕਰ ਸਕਦਾ। ਤਾਂ ਐਜ਼ ਅ ਪੇਰੈਂਟ ਮਦਰ ਜਾਂ ਫਾਦਰ ਦੀ ਡਿਊਟੀ ਬਣਦੀ ਹੈ ਕਿ ਉਹਦੇ ਦੰਦਾਂ ਦਾ ਪੂਰਾ ਧਿਆਨ ਰੱਖਿਆ ਜਾਏ। ਤਾਂ ਇਸ ਤਰ੍ਹਾਂ ਹੀ ਫਿੰਗਰ ਕਲੀਨਿੰਗ ਹੁੰਦੀ ਹੈ, ਉਹ ਫਿੰਗਰ ਕਲੀਨਿੰਗ ਨਾਲ ਤੁਸੀਂ ਕਲੀਨ ਕਰ ਸਕਦੇ ਹੋ। ਐਂਡ 2 ਈਅਰਸ ਤੋਂ ਬਾਅਦ ਨੋਰਮਲੀ ਬ੍ਰਸ਼ਿੰਗ ਇਜ਼ ਐਡਵਾਈਜ਼ੇਬਲ, ਬ੍ਰਸ਼ਿੰਗ ਇਜ਼ ਐਡਵਾਈਜ਼ੇਬਲ ਫੋਰ ਦੀ ਕਿਡਸ ਆਫਟਰ 2 ਈਅਰਸ। ਤਾਂ ਆਪਾਂ ਬ੍ਰਸ਼ ਉਹਨਾਂ ਨੂੰ ਦੇ ਸਕਦੇ ਹਾਂ। ਫਲੋਰੀਡੇਟਡ ਪੇਸਟ ਆਉਂਦੀਆਂ ਨੇ, ਕਿਡਸ ਪੇਸਟ ਆਉਂਦੀਆਂ ਨੇ, ਦੇ ਆਰ ਐਡਵਾਈਜ਼ੇਬਲ ਇਹ ਨੋਰਮਲ ਪੀ ਅਮਾਊਂਟ। ਇੱਕ ਬ੍ਰਸ਼ 'ਤੇ ਜਸਟ ਇੱਕ ਪੀ ਜਿੰਨਾ ਅਮਾਊਂਟ ਵੀ ਲੱਗਿਆ ਹੋਇਆ, ਦੈਟ ਇਜ਼ ਮੋਰ ਦੈਨ ਇਨਫ। ਪੇਸਟ ਮੈਟਰ ਨਹੀਂ ਕਰਦੀ, ਮੈਟਰ ਹਾਊ ਯੂ ਡੂ ਦੀ ਬ੍ਰਸ਼, ਹਾਊ ਯੂ ਡੂ ਦੀ ਬ੍ਰਸ਼। ਐਂਡ ਬੱਚਿਆਂ ਲਈ ਹਮੇਸ਼ਾ ਸਾਨੂੰ ਕਿਡਸ ਬ੍ਰਸ਼ ਰਹਿਣਾ ਚਾਹੀਦਾ ਹੈ, ਬਿਕੋਜ਼ ਕਿਡਸ ਬ੍ਰਸ਼ ਹਰਟ ਨਹੀਂ ਕਰੇਗਾ, ਸੋਫਟ ਹੋਏਗਾ, ਉਹਦੇ ਬ੍ਰਿਸਲਸ ਇੰਨੇ ਵੱਡੇ ਨਹੀਂ ਹੋਣਗੇ, ਉਹ ਬੱਚਿਆਂ ਦੇ ਅਕੋਰਡਿੰਗ ਹੀ ਬਣੇ ਹੋਏ ਨੇ। ਜੇ ਕੋਈ ਚੀਜ਼ ਆਈ ਹੈ ਤਾਂ ਡੈਫੀਨੇਟਲੀ ਆਫਟਰ ਅ ਰਿਸਰਚ ਸੈਟ ਇਟ ਹੈਜ਼ ਬਿਨ ਦੇਅਰ, ਤਾਂ ਉਹ ਬੱਚਿਆਂ ਵਾਲੇ ਬ੍ਰਸ਼ ਯੂਜ਼ ਕਰਨ, ਫਲੋਰੀਡੇਟਡ ਪੇਸਟ ਯੂਜ਼ ਕਰਨ। ਬਟ ਉਹ ਪੇਸਟ ਅੰਦਰ ਨਹੀਂ ਜਾਣੀ ਚਾਹੀਦੀ, ਤਾਂ ਇਟ ਸ਼ੁੱਡ ਬੀ ਡਨ ਵਿਦ ਇਨ ਦੀ ਗਾਈਡੈਂਸ ਆਫ ਪੇਰੈਂਟਸ। ਪੇਰੈਂਟਸ ਥੋੜ੍ਹਾ ਜਿਹਾ ਗਾਈਡ ਕਰਨ, ਅਤੇ ਜਦ ਤੱਕ ਬੱਚਾ ਆਪ ਨਹੀਂ ਸਮਝਦਾਰ ਹੋ ਜਾਂਦਾ 5 ਈਅਰਸ ਤੱਕ, ਤਾਂ ਪੇਰੈਂਟਸ ਗਾਈਡ ਕਰਦੇ ਰਹਿਣ, ਤਾਂ ਬੱਚਿਆਂ ਨੂੰ ਬਹੁਤ ਜਲਦੀ ਇਹਦੀ ਆਦਤ ਪੈ ਜਾਏਗੀ ਐਂਡ 2 ਟਾਈਮਸ ਉਹ ਬ੍ਰਸ਼ ਕਰਨਗੇ। ਜੀ ਹਾਂ, ਅਸੀਂ ਸਿੱਖ ਲਿਆ ਬ੍ਰਸ਼ ਕਰਨਾ। ਸੈਕਿੰਡ ਸਿੱਖ ਲਿਆ ਆਪਾਂ ਕਿ ਕਿੰਨੇ ਸਾਲ ਦੇ ਬੱਚੇ ਨੂੰ ਜਿਹੜਾ ਹੈਗਾ ਇਹ ਬ੍ਰਸ਼ ਕਰਨ ਲਗਾ ਸਕਦੇ ਹਾਂ, ਪਰ ਇਸ ਦੇ ਬਾਵਜੂਦ ਵੀ ਅਗਰ ਕੀੜਾ ਲੱਗ ਜਾਂਦਾ ਹੈ ਤਾਂ ਮੈਮ ਉਸ ਤੋਂ ਬਾਅਦ ਕੀ ਕਰੀਏ ਫਿਰ? ਉਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਡੈਂਟਿਸਟ ਨੂੰ ਮਿਲੋ, ਉਹਨਾਂ ਨੂੰ ਮੌਕਾ ਦਿਓ ਕਿ ਉਹ ਤੁਹਾਨੂੰ ਬੈਟਰ ਗਾਈਡ ਕਰ ਸਕਣ। ਜੇ ਕੋਈ ਕੀੜਾ ਲੱਗਿਆ ਹੋਇਆ ਹੈ ਉਹ ਫਰਦਰ ਡੀਪ ਨਾ ਹੋਏ ਤਾਂ ਉਹਦੀ ਫਿਲਿੰਗ ਕਰਾਈ ਜਾ ਸਕਦੀ ਹੈ। ਬਹੁਤ ਜ਼ਿਆਦਾ ਐਡਵਾਂਸਮੈਂਟ ਹੋ ਗਈ ਹੈ ਡੈਂਟਿਸਟਰੀ ਦੇ ਵਿੱਚ, ਤਾਂ ਉਹਦਾ ਲਾਭ ਸਾਰੇ ਉਠਾ ਸਕਦੇ ਨੇ ਕਿ ਲੇਜ਼ਰਸ ਆ ਰਹੇ ਨੇ, ਕੰਪੋਜ਼ਿਟਸ ਆ ਰਹੇ ਨੇ, ਟੁੱਥ ਕਲਰਡ ਫਿਲਿੰਗਸ ਆ ਗਈਆਂ ਨੇ, ਤੁਹਾਨੂੰ ਬਿਲਕੁਲ ਪਤਾ ਨਹੀਂ ਲੱਗੇਗਾ, ਜਿਵੇਂ ਪਹਿਲੇ ਸਿਲਵਰ ਕਲਰ ਫਿਲਿੰਗ ਸੀਗੀਆਂ, ਹੁਣ ਟੁੱਥ ਕਲਰਡ ਫਿਲਿੰਗਸ ਆ ਗਈਆਂ ਨੇ, ਕੋਸਮੈਟਿਕ ਫਿਲਿੰਗਸ ਆ ਗਈਆਂ ਨੇ। ਤਾਂ ਸਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ, ਜੋ ਬਲੈਕ ਬਲੈਕ ਕਲਰ ਤੁਹਾਡੀ ਫੋਰਮ ਵਿੱਚ ਲੇਮੈਨ ਟਰਮਸ ਵਿੱਚ ਉਹ ਕੀੜਾ ਹੈ, ਅਤੇ ਉਹ ਬਲੈਕ ਕੀੜਾ ਰਿਮੂਵ ਹੋ ਜਾਂਦਾ ਹੈ, ਅਤੇ ਉਹਦੀ ਜਗ੍ਹਾ ਆਪਾਂ ਫਿਲਿੰਗ ਮਟੀਰੀਅਲ ਵਾਈਟ ਕਲਰ ਦਾ ਵੀ ਪਾ ਕੇ ਕੋਸਮੈਟਿਕ ਫਿਲਿੰਗ, ਲੇਜ਼ਰਸ ਫਿਲਿੰਗ, ਕੰਪੋਜ਼ਿਟਸ ਫਿਲਿੰਗਸ ਕਰ ਸਕਦੇ ਹਾਂ। ਤਾਂ ਦੈਟ ਇਜ਼ ਦੀ ਓਨਲੀ ਵੇ ਕਿ ਆਪਾਂ ਜੇ ਡੈਂਟਿਸਟ ਨੂੰ ਮਿਲਾਂਗੇ ਤਾਂ ਹੀ ਪਤਾ ਲੱਗੇਗਾ, ਬਿਕੋਜ਼ ਇੱਕ ਨੋਰਮਲ ਬੰਦੇ ਨੂੰ ਤਾਂ ਜਦ ਪੇਨ ਹੋਏਗੀ ਤਾਂ ਹੀ ਪਤਾ ਲੱਗ ਸਕਦਾ ਹੈ। ਪੇਨ ਦੀ ਵੇਟ ਜਦ ਤੱਕ ਤੁਸੀਂ ਕਰੋਗੇ ਡੈਫੀਨੇਟਲੀ ਉਹ ਡੀਪ ਹੋ ਜਾਏਗਾ ਐਂਡ ਵੁੱਡ ਬੀ ਪੋਸਟਡ ਫੋਰ ਰੂਟ ਕੈਨਾਲ। ਤਾਂ ਰੂਟ ਕੈਨਾਲ ਪ੍ਰੋਸੀਜਰ ਲਈ ਇੰਜੈਕਸ਼ਨ ਇਜ਼ ਜ਼ਰੂਰੀ, ਤਾਂ ਉਸ ਸਭ ਤੋਂ ਬਚਣ ਲਈ ਵਿਜ਼ਿਟ ਦੀ ਡੈਂਟਿਸਟ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ ਐਂਡ ਫਿਲਿੰਗਸ ਕੈਨ ਬੀ ਡਨ। ਅਗਰ ਮੈਮ ਗੱਲ ਕਰੀਏ ਛੋਟੇ ਬੱਚਿਆਂ ਦੀ, ਛੋਟੇ ਬੱਚਿਆਂ ਦੇ ਦੁੱਧ ਵਾਲੇ ਦੰਦ ਹੁੰਦੇ ਆ, ਅਗਰ ਉਹਦੇ ਉੱਤੇ ਕੀੜਾ ਲੱਗਿਆ ਹੋਵੇ ਤੇ ਉਸ ਕੇਸ ਦੇ ਵਿੱਚ ਕੀ ਆਪਾਂ ਨੂੰ ਡਾਕਟਰ ਦੇ ਨਾਲ ਬਿਲਕੁਲ ਦਿਖਾਉਣਾ ਚਾਹੀਦਾ? ਬਿਕੋਜ਼ ਜੇ ਦੁੱਧ ਵਾਲੇ ਦੰਦ ਹੈਲਦੀ ਹੋਣਗੇ ਤਾਂ ਹੀ ਆਉਣ ਵਾਲੇ ਦੰਦ ਹੈਲਦੀ ਹੋਣਗੇ। ਆਪਾਂ ਇਹ ਬਹੁਤ ਵੱਡਾ ਮਿੱਥ ਹੈ ਕਿ ਇਹ ਦੰਦ ਤਾਂ ਨਿਕਲ ਹੀ ਜਾਣਾ ਤਾਂ ਇਹਨੂੰ ਕਿਉਂ ਭਰਾਉਣਾ। ਬਟ ਤੁਸੀਂ ਇਹ ਸੋਚੋ, ਜਿਹੜੇ ਦੰਦ ਵਿੱਚ ਕੀੜਾ ਲੱਗ ਗਿਆ ਬੱਚੇ ਨੇ, ਤਾਂ 12 ਸਾਲ ਤੱਕ ਸਾਡੇ ਸਾਰੇ ਪਰਮਾਨੈਂਟ ਟੀਥ ਆਉਂਦੇ ਨੇ। ਤਾਂ ਤਦ ਤੱਕ ਹੀ ਬੱਚਾ ਤਕਲੀਫ ਵਿੱਚ ਰਹੇਗਾ। ਜੇ ਉਹਦੇ ਦੰਦ ਵਿੱਚ ਪਸ ਪਈ ਹੋਈ ਹੈ ਦੁੱਧ ਵਾਲੇ, ਤਾਂ ਉਹ ਖਾਣਾ ਖਾਣਾ ਛੱਡ ਦੇਗਾ। ਉਹਦਾ ਕਾਰਨ ਸ਼ਾਇਦ ਇਹੀ ਹੋਏਗਾ ਕਿ ਉਹਦੇ 'ਚ ਕੀੜਾ ਲੱਗਿਆ ਹੋਇਆ, ਉਹਦੇ 'ਚ ਪਸ ਪਈ ਹੋਈ ਹੈ। ਤਾਂ ਸਾਨੂੰ ਬਹੁਤ ਜ਼ਰੂਰੀ ਹੈ ਕਿ ਦੁੱਧ ਵਾਲੇ ਦੰਦ ਦੀ ਵੀ ਕੇਅਰ ਕੀਤੀ ਜਾਏ, ਬਿਕੋਜ਼ ਉਹਦੇ ਨਾਲ ਤੁਹਾਡੇ ਦੰਦ ਵਿੱਚ ਤੁਸੀਂ ਇੱਕ ਦਿਨ ਨਹੀਂ ਰਹਿ ਪਾਓਗੇ ਜੇ ਦਰਦ ਹੋਏ, ਅਤੇ ਬੱਚਾ 6 ਸਾਲ ਕਿਵੇਂ ਰਹਿ ਸਕਦਾ? ਆਪਾਂ ਨੂੰ ਇਹ ਸੋਚਣਾ ਚਾਹੀਦਾ। ਅਤੇ ਇਸ ਕਰਕੇ ਇਹ ਮਿਥ ਨੂੰ ਪਲੀਜ਼ ਦੂਰ ਕੀਤਾ ਜਾਏ ਕਿ ਕਿਉਂਕਿ ਇਹ ਦੰਦ ਸਾਡੇ ਨਿਕਲ ਜਾਣੇ ਨੇ, ਪਰਮਾਨੈਂਟ ਆ ਜਾਣੇ ਨੇ, ਅਤੇ ਆਪਾਂ ਇਹਨਾਂ ਦੀ ਕੇਅਰ ਨਾ ਕਰੀਏ। ਦਿਸ ਇਜ਼ ਦਾ ਬਿਗੈਸਟ ਮਿਥ। ਵੀ ਸ਼ੁੱਡ ਆਲਵੇਜ਼ ਟੇਕ ਕੇਅਰ ਆਫ ਮਿਲਕ ਟੀਥ ਇਫ ਵੀ ਵਾਂਟ ਦੀ ਪਰਮਾਨੈਂਟ ਟੀਥ ਟੂ ਬੀ ਹੈਲਦੀ ਐਂਡ ਇਫ ਵੀ ਵਾਂਟ ਕਿ ਸਾਡੇ ਬੱਚਿਆਂ ਦੀ ਅੱਛੀ ਗਰੋਥ ਹੁੰਦੀ ਰਹੇ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਮਿਲਕ ਟੀਥ ਪਿਆ ਹੈ, ਪਿੱਛੋਂ ਪਰਮਾਨੈਂਟ ਟੀਥ ਆ ਗਿਆ, ਅਤੇ ਹਾਓ ਵੀ ਵਾਟ ਟੂ ਡੂ। ਜੇ ਉਹ ਪਿੱਛੋਂ ਪਰਮਾਨੈਂਟ ਟੀਥ ਆ ਗਿਆ, ਮਿਲਕ ਟੀਥ ਆਪੇ ਰਿਮੂਵ ਨਹੀਂ ਹੋਇਆ, ਤਾਂ ਦੈਟ ਸ਼ੁੱਡ ਬੀ ਰਿਮੂਵਡ। ਗੋ ਟੂ ਦੀ ਡੈਂਟਿਸਟ, ਉਹ ਰਿਮੂਵ ਕਰ ਦੇਣਗੇ। ਬਹੁਤ ਪੇਨਲੈਸ ਪ੍ਰੋਸੀਜਰਸ ਆ ਗਏ ਨੇ, ਤਾਂ ਇਟ ਸ਼ੁੱਡ ਬੀ ਡਨ ਕਿ ਜੇ ਸਾਡੀ ਪ੍ਰੋਪਰ ਜਿਹੜੀ ਹੈ ਉਹ ਅਲਾਈਨਮੈਂਟ ਟੀਥ ਦੀ ਆਏ, ਉਹਦੇ ਲਈ ਬਹੁਤ ਜ਼ਰੂਰੀ ਹੈ। ਜੀ ਹਾਂ ਮੈਮ, ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕਾਫੀ ਲੋਕ ਜਿਹੜੇ ਨੇ
ਛੋਟੀ ਏਜ ਦੇ ਵਿੱਚ ਜਿਹੜੀ ਆ ਕੇਅਰ ਨਹੀਂ ਕਰਦੇ ਅਤੇ ਦੰਦ ਜਿਹੜੇ ਉਹਨਾਂ ਦੇ ਵਿੰਗੇ ਟੇਢੇ ਹੋ ਜਾਂਦੇ ਨੇ। ਜਦੋਂ ਉਹਨਾਂ ਦੀ ਵਿਆਹ ਵਾਲੀ ਏਜ ਆਉਂਦੀ ਹੈ ਤਾਂ ਉਸ ਸਮੇਂ ਉਹ ਥੋੜ੍ਹਾ ਡਰਦੇ ਨੇ ਕਿ ਸਾਡੇ ਦੰਦ ਦੇ ਕਰਕੇ ਕਿਤੇ ਰਿਸ਼ਤਾ ਨਾ ਟੁੱਟ ਜਾਏ। ਅਜਿਹੇ ਕਈ ਲੜਕੀਆਂ ਅਤੇ ਲੜਕੀਆਂ ਦੇ ਕੇਸ ਆਮ ਦੇਖਣ ਨੂੰ ਮਿਲਦੇ ਨੇ। ਮੈਮ ਉਹਨਾਂ ਵਾਸਤੇ ਤੁਸੀਂ ਕੀ ਕਰ ਸਕਦੇ ਹੋ, ਕੀ ਬੈਸਟ ਹੋ ਸਕਦਾ ਉਹਨਾਂ ਲਈ? ਪਹਿਲਾਂ ਤਾਂ ਇਹੀ ਐਡਵਾਈਜ਼ੇਬਲ ਹੈ, ਚਲੋ ਹੁਣ ਤਾਂ ਜਿਹੜੇ ਪਹੁੰਚ ਗਏ ਬਟ ਆਉਣ ਵਾਲੀ ਜਨਰੇਸ਼ਨ ਨੂੰ ਅਵੇਅਰ ਕੀਤਾ ਜਾ ਸਕਦਾ ਹੈ। ਜਿਹੜੀ ਵਿੰਗੇ ਟੇਢੇ ਦੰਦ ਆ ਰਹੇ ਨੇ ਉਹਦਾ ਕਾਰਨ ਹੀ ਹੈ ਕਿ ਦੰਦ ਜਿਹੜੇ ਨੇ ਆਪਣੀ ਜਗ੍ਹਾ 'ਤੇ ਪ੍ਰੋਪਰ ਨਹੀਂ ਆ ਪਾਏ, ਜਸਟ ਬਿਕੋਜ਼ ਇਸੇ ਕਰਕੇ ਕਿ ਦੁੱਧ ਵਾਲਾ ਦੰਦ ਪਿਆ ਹੋਏਗਾ, ਪਰਮਾਨੈਂਟ ਪਿੱਛੋਂ ਆ ਗਿਆ ਹੋਏਗਾ, ਉਹ ਬਾਅਦ 'ਚ ਨਿਕਲਿਆ ਹੋਏਗਾ, ਪ੍ਰੋਪਰ ਸਪੇਸ ਨਹੀਂ ਮਿਲੀ ਹੋਏਗੀ, ਆਪਾਂ ਕੇਅਰ ਨਹੀਂ ਕੀਤੀ, ਆਪਾਂ ਸੋਚਦੇ ਯਾਰ ਇਸ ਦੰਦ 'ਚ ਕੀੜਾ ਲੱਗ ਗਿਆ ਦੁੱਧ ਵਾਲਾ ਦੰਦ ਹੈ ਇਹਨੂੰ ਕਢਾ ਦਿਉ। ਆਪਾਂ ਕਢਾ ਤਾਂ ਦਿੱਤਾ ਬਟ ਉਹਦੀ ਜਗ੍ਹਾ ਜਿਹੜਾ ਪਰਮਾਨੈਂਟ ਦੰਦ ਆਉਣਾ ਹੈ ਉਹਨੂੰ ਆਉਣ ਨੂੰ ਜੇ ਹਲੇ 2-3 ਸਾਲ ਹੈਗੇ ਨੇ, ਉਹ ਸਪੇਸ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ। ਜੇ ਉਹ ਸਪੇਸ ਮੇਨਟੇਨ ਨਹੀਂ ਹੁੰਦੀ ਤਾਂ ਜਿਹੜਾ ਆਉਣ ਵਾਲਾ ਦੰਦ ਹੈ ਉਹ ਟੇਢੇ ਮੇਢੇ ਆਉਂਦੇ ਨੇ। ਇਸ ਕਰਕੇ ਇਹਦੀ ਪੂਰੀ ਪ੍ਰੋਪਰ ਗਾਈਡੈਂਸ ਤੁਹਾਨੂੰ ਦਿੱਤੀ ਜਾ ਸਕਦੀ ਹੈ। ਅਤੇ ਜਿਹੜੇ ਪਹੁੰਚ ਗਏ ਨੇ 20-25 ਸਾਲ ਦੇ ਹੋ ਗਏ ਨੇ, ਹੁਣ ਉਹ ਅਵੇਅਰ ਹੋਏ ਨੇ ਕਿ ਯਾਰ ਮੇਰੇ ਵਿੰਗੇ ਟੇਢੇ ਦੰਦ ਨੇ, ਮੇਰੀ ਵਿਆਹ ਵਾਲੀ ਉਮਰ ਹੈ ਅਤੇ ਮੈਂ ਕੀ ਕਰ ਸਕਦੇ ਹਾਂ, ਤਾਂ ਉਹਦੇ ਲਈ ਵੀ ਹੈਵ ਗੋਟ ਵੇਰੀਅਸ ਪ੍ਰੋਸੀਜਰ। ਸਾਡੇ ਕੋਲ ਤਾਰਾਂ ਲੱਗਦੀਆਂ ਨੇ, ਤਾਰ ਕਿਸੇ ਵੀ ਏਜ 'ਚ ਲਗਾਈ ਸਕਦੀ ਹੈ। ਇਨਵਿਜ਼ੀਬਲ ਬ੍ਰੇਸਿਸ ਆਰ ਅਵੇਲੇਬਲ, ਇਨਵਿਜ਼ੀਬਲ ਬ੍ਰੇਸਿਸ ਲਗਾਉਣ, ਸਮਾਈਲ ਡਿਜ਼ਾਈਨਸ ਆਰ ਦੇਅਰ, ਸਮਾਈਲ ਡਿਜ਼ਾਈਨ ਕੀਤੀ ਜਾ ਸਕਦੀ ਹੈ ਅਤੇ ਬਹੁਤ ਕੁਛ ਹੋ ਸਕਦਾ, ਬਹੁਤ ਐਡਵਾਂਸਮੈਂਟ ਹੋ ਗਈ ਹੈ ਅਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਜੇ ਤੁਸੀਂ 20s ਤੋਂ ਵੀ ਅਵਵੋ, 25 ਈਅਰਸ ਦੇ ਵੀ ਹੋ, ਸਟਿਲ ਯੂ ਵਾਂਟ ਕਿ ਤੁਹਾਡਾ ਟ੍ਰੀਟਮੈਂਟ ਹੋਏ, ਇਟ ਕੈਨ ਬੀ ਡੈਫੀਨੇਟਲੀ ਡਨ, ਵੀ ਹੈਵ ਗੋਟ ਐਡਵਾਂਸਮੈਂਟ ਇਨ ਡੈਂਟਿਸਟਰੀ ਐਂਡ ਇਟ ਕੈਨ ਬੀ ਕਿਊਰਡ। ਜੀ ਹਾਂ, ਅਗਰ ਦਰਸ਼ਕਾਂ ਨੇ ਤੁਹਾਡੇ ਨਾਲ ਲਿੰਕ ਕਰਨਾ ਹੋਵੇ ਜਾਂ ਤੁਹਾਨੂੰ ਮਿਲਣਾ ਹੋਵੇ ਜਾਂ ਤੁਹਾਡੇ ਤੋਂ ਫੋਨ ਕਰਨਾ ਹੋਵੇ ਜਾਂ ਕੋਈ ਸਲਾਹ ਲੈਣੀ ਹੋਵੇ ਤਾਂ ਤੁਹਾਡੇ ਕੋਈ ਨੰਬਰ ਜਾਂ ਈਮੇਲ ਐਡਰੈਸ? ਡੈਫੀਨੇਟਲੀ ਤੁਸੀਂ ਕੰਟੈਕਟ ਕਰ ਸਕਦੇ ਹੋ drgagan25@gmail.com, drgagan25@gmail.com ਮੇਰਾ ਈਮੇਲ ID ਹੈ। ਐਂਡ ਫੋਰ ਐਨੀ ਪਰਸਨਲ ਕੁਆਇਰੀਜ਼ ਯੂ ਕੈਨ ਕੰਟੈਕਟ ਮੀ ਔਨ 9646201818, ਦਿਸ ਇਜ਼ ਮਾਈ ਨੰਬਰ, ਐਂਡ ਐਵਰੀਵਨ ਇਜ਼ ਫਰੀ ਟੂ ਕਾਲ ਮੀ। ਐਂਡ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਮੈਂ ਤੁਹਾਡੇ ਸਾਰਿਆਂ ਨੂੰ ਜਲਦੀ ਤੋਂ ਜਲਦੀ ਰਿਪਲਾਈ ਕਰ ਸਕਾਂ। ਅਤੇ ਇਨ ਕੇਸ ਪਰਸਨਲ ਵਿਜ਼ਿਟ ਕਰਨਾ ਚਾਹੁੰਦੇ ਨੇ ਤਾਂ ਗਗਨ ਡੈਂਟਲ ਕਲੀਨਿਕ ਇਨ ਡੁਗਰੀ ਲੁਧਿਆਣਾ, ਮੋਸਟ ਵੈਲਕਮ, ਥੈਂਕ ਯੂ ਸਾਰਿਆਂ ਨੂੰ। ਜੀ ਹਾਂ, ਨੀਚੇ ਸਕਰੀਨ ਦੇ ਉੱਤੇ ਲੋਨ ਦਾ ਨੰਬਰ ਤੇ ਐਡਰੈਸ ਤੁਹਾਨੂੰ ਦਿਖ ਰਿਹਾ ਹੋਵੇਗਾ, ਜਲਦ ਤੋਂ ਜਲਦ ਇਹਨਾਂ ਨੂੰ ਕਾਲ ਕਰੋ ਅਗਰ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ। ਅਗਰ ਸਾਡੇ ਤੋਂ ਮੰਨਦੇ ਹੋ ਤਾਂ ਪੰਜਾਬ ਦੇ ਵਿੱਚ ਬੈਸਟ ਸਟ੍ਰਕਚਰ